कल तुहानू मैं लैंस बारे दस्या ही, कनकेव ते कनवैक्स बारे। अज उन्हां दीआं रे डायग्राम्स पहलों समझो वधिया। पहलों आपां रे डायग्राम्स बनाउणियां जी कनवैक्स दीआं, ते कनवैक्स लैंस बारे जो जो चीज़ां सानू याद रहणियां चाहीदियां उह वी मैं दस्सी जाणा। कनवैक्स लैंस किहड़ा लैंस आ? कनवर्जिंग। ਇਹ ਸਾਰੀਆਂ ਰੇਸ ਨੂੰ ਇੱਕ ਜਗ੍ਹਾ 'ਤੇ ਇਕੱਠਾ ਕਰ ਦਿੰਦਾ, ਤਾਂ ਕਰਕੇ ਇਹਨੂੰ ਕਿਹੜਾ ਲੈਂਸ ਕਹੀਦਾ? ਕਨਵਰਜਿੰਗ ਲੈਂਸ। ਅਤੇ ਇਹਦੀ ਫੋਕਲ ਲੈਂਥ ਹਮੇਸ਼ਾ ਪੋਜ਼ਿਟਿਵ ਹੁੰਦੀ। ਗੱਲਾਂ ਯਾਦ ਰੱਖੋ, ਇਹਦੀ ਫੋਕਲ ਲੈਂਥ ਛੋਟਾ ਐਫ ਸਿੰਬਲ ਹੁੰਦਾ ਉਹਦਾ, ਉਹ ਹਮੇਸ਼ਾ ਕੀ ਹੁੰਦੀ? ਪੋਜ਼ਿਟਿਵ। ਠੀਕ ਹੈ, ਕਨਵੈਕਸ ਲੈਂਸ ਬਣਾਈਦਾ ਕਿਸ ਤਰ੍ਹਾਂ? ਮੈਂ ਇੱਕੋ ਡਾਇਗ੍ਰਾਮ 'ਤੇ ਪਹਿਲਾਂ ਸਾਰੇ ਓਬਜੈਕਟ ਇਮੇਜ ਬਣਾ ਦੇਣੇ ਜੇ, ਫਿਰ ਸੈਪਰੇਟ ਬਣਾਵਾਂਗੇ। ਕਨਵੈਕਸ ਲੈਂਸ ਕਿੱਦਾਂ ਬਣਾਉਂਦੇ ਆ? ਇਹ ਮਿਡਲ ਤੋਂ ਥਿੱਕ ਹੁੰਦਾ ਅਤੇ ਐਜਿਸ ਤੋਂ ਕੀ ਹੁੰਦਾ? ਥਿਨ। ਕੱਲ੍ਹ ਸਿੱਖਿਆ ਨਾ ਬਣਾਉਣਾ। ਅਤੇ ਇਹਦੇ ਇੱਥੇ ਕਿਹੜੀ ਚੀਜ਼ ਹੁੰਦੀ? ਓਪਟੀਕਲ ਸੈਂਟਰ। ਜੇ ਕੋਈ ਲਾਈਨ ਓਪਟੀਕਲ ਸੈਂਟਰ 'ਚੋਂ ਪਾਸ ਕਰਦੀ ਆ, ਉਹਨੂੰ ਆਪਾਂ ਕੀ ਬੋਲੀਦਾ? ਪ੍ਰਿੰਸੀਪਲ ਐਕਸਿਸ। ਉਹਨੂੰ ਆਪਾਂ ਕੀ ਬੋਲਦੇ ਹਾਂ? ਪ੍ਰਿੰਸੀਪਲ ਐਕਸਿਸ। ਇਹਦੇ ਇੱਧਰ ਵੀ ਐਫ ਵਨ ਹੁੰਦਾ, ਇੱਧਰ ਸੀ ਵਨ ਹੁੰਦਾ, ਅਤੇ ਇੱਧਰ ਫੋਕਸ ਨੰਬਰ 2 ਹੁੰਦਾ, ਅਤੇ ਸੈਂਟਰ ਨੰਬਰ 2 ਹੁੰਦਾ ਸੈਂਟਰ ਆਫ ਕਰਵੇਚਰ। ਇਹ ਡਾਇਗ੍ਰਾਮ ਕੱਲ੍ਹ ਬਣਾਈ ਸੀ। ਠੀਕ ਹੈ, ਅਤੇ ਜੇ ਮੈਂ ਨਾਲ ਨਾਲ ਕਨਕੇਵ ਵੀ ਦੱਸਦਾ, ਸੈਕਿੰਡ ਦੂਸਰਾ ਕਿਹੜਾ ਲੈਂਸ ਆ? ਕਨਕੇਵ ਲੈਂਸ। ਰੇਸ ਡਾਇਗ੍ਰਾਮ ਆਪਾਂ ਇਕੱਲੀ ਇਕੱਲੀ ਵੀ ਬਣਾਵਾਂਗੇ, ਪਰ ਇੱਕ ਵਾਰ ਟੋਟਲ ਦੇਖ ਲਓ ਇਹਦਾ। ਕਨਕੇਵ ਲੈਂਸ ਇਹ ਕਨਵਰਜਿੰਗ, ਅਤੇ ਇਹ ਕਿਹੜਾ ਹੁੰਦਾ? ਡਾਇਵਰਜਿੰਗ। ਜੇ ਮੈਂ ਚੀਜ਼ਾਂ ਰਿਪੀਟ ਕਰਦਾ ਪਿਆ ਤਾਂ ਇਹਨਾਂ ਦੀ ਇੰਪੋਰਟੈਂਸ ਜ਼ਰੂਰ ਹੋਊਗੀ। ਕਨਵਰਜਿੰਗ ਡਾਇਵਰਜਿੰਗ ਭੁੱਲਿਓ ਨਾ। ਇਹਦੀ ਫੋਕਲ ਲੈਂਥ ਪੋਜ਼ਿਟਿਵ, ਇਹਦੀ ਫੋਕਲ ਲੈਂਥ ਆਲਵੇਜ਼ ਨੈਗੇਟਿਵ। ਅਤੇ ਬਣਾਈ ਦਾ ਕਿਸ ਤਰ੍ਹਾਂ? ਇਹਨੂੰ ਆਪਾਂ ਮਿਡਲ ਤੋਂ ਥਿੰਨ ਰੱਖਣਾ ਹੁੰਦਾ ਅਤੇ ਐਜਿਸ ਤੋਂ ਥਿੱਕ ਰੱਖਣਾ ਹੁੰਦਾ, ਇਸ ਤਰ੍ਹਾਂ ਬਣਾਉਣਾ ਹੁੰਦਾ। ਇਹਦਾ ਵੀ ਓਪਟੀਕਲ ਸੈਂਟਰ ਹੁੰਦਾ ਕੋਈ ਨਾ ਕੋਈ, ਓਪਟੀਕਲ ਸੈਂਟਰ। ਅਤੇ ਜਿਹੜੀ ਲਾਈਨ ਓਪਟੀਕਲ ਸੈਂਟਰ 'ਚੋਂ ਪਾਸ ਕਰੇ, ਉਹਨੂੰ ਆਪਾਂ ਕਿਹੜਾ ਐਕਸਿਸ ਕਹਿੰਦੇ ਹਾਂ? ਪ੍ਰਿੰਸੀਪਲ ਐਕਸਿਸ। ਇਹ ਕਿਹੜਾ ਐਕਸਿਸ ਹੋ ਗਿਆ? ਪ੍ਰਿੰਸੀਪਲ ਐਕਸਿਸ। ਇਹਦੇ ਵੀ ਉਹ ਚੀਜ਼ਾਂ, ਇੱਧਰ ਐਫ ਵਨ, ਇੱਧਰ ਸੀ ਵਨ, ਇੱਧਰ ਐਫ ਟੂ, ਇੱਧਰ ਸੀ ਟੂ। ਇੱਧਰ ਦੇਖਿਓ, ਇੱਥੇ ਟੇਬਲ ਵੀ ਬਣਾ ਲਈ ਆਪਾਂ। ਸੀਰੀਅਲ ਨੰਬਰ ਫਸਟ, ਸੈਕਿੰਡ, ਥਰਡ, ਫੋਰ, ਫਿਫਥ, ਸਿਕਸਥ, ਇਹਦੀਆਂ 6 ਲੋਕੇਸ਼ਨਾਂ ਆਉਣੀਆਂ। ਓਬਜੈਕਟ ਕਿੱਥੇ ਰੱਖਣਾ ਉਹ ਵੀ ਦੇਖਣਾ ਆਪਾਂ, ਇਮੇਜ ਕਿੱਥੇ ਬਣਨੀ ਉਹ ਵੀ ਦੇਖਾਂਗੇ, ਇਮੇਜ ਦਾ ਸਾਈਜ਼ ਕਿੱਦਾਂ ਦਾ ਹੋਊਗਾ ਉਹ ਵੀ ਨੋਟ ਕਰਨਾ, ਅਤੇ ਨੇਚਰ ਕਿੱਦਾਂ ਦਾ ਹੋਊਗਾ ਉਹ ਵੀ ਨੋਟ ਕਰਨਾ। ਅਤੇ ਚੀਜ਼ਾਂ ਪੂਰੀਆਂ ਲਰਨ ਹੋਣੀਆਂ ਚਾਹੀਦੀਆਂ, ਪਹਿਲਾਂ ਸਮਝਣਾ ਫਿਰ ਲਰਨ ਵੀ ਕਰਿਓ ਉਹਨਾਂ ਨੂੰ। ਇੱਧਰ ਟੇਬਲ ਜਦੋਂ ਬਣਾਇਆ, ਸਾਡੇ ਕੋਲ 2 ਕੇਸ ਹੀ ਆਉਣੇ ਸਿਰਫ, ਓਬਜੈਕਟ ਕਿੱਥੇ ਰੱਖਣਾ ਉਹ ਵੀ ਨੋਟ ਕਰਨਾ, ਇਮੇਜ ਕਿੱਥੇ ਬਣਨੀ ਉਹ ਵੀ ਨੋਟ ਕਰਾਂਗੇ, ਇਮੇਜ ਦਾ ਨੇਚਰ ਸਾਈਜ਼ ਕਿੱਦਾਂ ਦਾ ਹੋਊਗਾ ਇਹ ਵੀ ਪਤਾ ਰਹਿਣਾ ਚਾਹੀਦਾ, ਅਤੇ ਨੇਚਰ ਕਿੱਦਾਂ ਦਾ ਹੋਊਗਾ ਇਹ ਵੀ ਪਤਾ ਰਹਿਣਾ ਚਾਹੀਦਾ। ਠੀਕ ਹੈ, ਉਹਦੇ 2 ਕੇਸ ਜੇ, ਅਤੇ ਇਹਦੇ 6 ਕੇਸ ਹੁੰਦੇ। 6 ਕੇਸ ਕਿਸ ਤਰ੍ਹਾਂ ਹੁੰਦੇ ਆ? ਜੇਕਰ ਤੁਸੀਂ ਓਬਜੈਕਟ ਰੱਖਦੇ ਇਨਫਿਨਿਟੀ 'ਤੇ ਬਹੁਤ ਦੂਰ, ਫਸਟ ਲੋਕੇਸ਼ਨ ਆ ਗਈ ਇਨਫਿਨਿਟੀ 'ਤੇ, ਜੇਕਰ ਇਨਫਿਨਿਟੀ 'ਤੇ ਆ ਅਤੇ ਇਹਦੀ ਇਮੇਜ ਕਿੱਥੇ ਬਣਨੀ ਜੇ? ਐਫ 2 'ਤੇ। ਆ ਫਸਟ ਦੀ ਇਮੇਜ ਬਣੀ, ਮੈਂ ਇਹਦੇ ਉੱਪਰ 1 ਡੈਸ਼ ਪਾ ਦਿੰਦਾ। ਜੇ ਇਕੱਲਾ 1 ਆ ਤਾਂ ਓਬਜੈਕਟ, ਜੇ ਇਹਦੇ ਉੱਪਰ ਮੈਂ ਲਾਈਨ ਪਾ ਦਿੰਦਾ ਤਾਂ ਇਮੇਜ। ਰਹਿ ਜੂ ਯਾਦ, ਓਬਜੈਕਟ ਕਿੱਥੇ ਰੱਖਿਆ ਆਪਾਂ? ਇਨਫਿਨਿਟੀ 'ਤੇ। ਅਤੇ ਇਮੇਜ ਕਿੱਥੇ ਬਣੀ? ਐਫ 2 'ਤੇ, ਐਟ ਐਫ 2 ਲਿਖ ਲੈਂਦੇ, ਫੋਕਸ ਨੰਬਰ 2 'ਤੇ ਬਣੀ। ਸਾਈਜ਼ ਕਿੱਦਾਂ ਦਾ ਬਣਿਆ? ਬਹੁਤ ਛੋਟਾ, ਇੱਕ ਬਿੰਦੀ ਵਰਗਾ ਪੁਆਇੰਟ ਸਾਈਜ਼। ਅਤੇ ਨੇਚਰ ਕਿੱਦਾਂ ਦਾ ਵਾ? ਇਹ ਹੋਣਾ ਜੇ ਰੀਅਲ, ਰੀਅਲ ਦੇ ਨਾਲ ਹਮੇਸ਼ਾ ਕੀ ਆਉਣਾ ਵਾ? ਇਨਵਰਟਿਡ।
रियल ते इनवर्टिड। क्लीयर हो गया। जेकर आपां इहनूं थोड़ा अगे लैके आईए, अगे कित्थे लिया सकदे, मान लो आपां इहनूं रखता C1 ते, जां आपां इहनूं C1 तों थोड़ा पिछे रखदे आ, इत्थे रख लैने आपां, इह सैकिंड लोकेशन आ गई जी। सैकिंड लोकेशन आ गई, कित्थे रखे आपां इहनूं? C1 तों पिछे, बियोंड पिछे ली आ जूगा, बियोंड C1। फोटो कित्थे बननी आ? C2 ते F2 दे विचकार छोटे साइज की बनूगी। कित्थे बननी? बटवीन C2 एंड F2। ते किद्दां दी बनी? स्माल साइज। स्माल साइज किद्दां दी बनदी? पुट्ठी बनदी, जिथे इनवर्टिड लिखोगे उहदे नाल रियल आउणा ही आउणा। इह सैकिंड इमेज बनी जी। क्लीयर? हुण आपां इहनूं कित्थे रखदे? C1 ते। इत्थे जेकर आपां लै आउने ते फोटो बननी C2 ते सेम साइज की, जिड्डा क ऑबजैक्ट आ ओडी की फोटो बनी। आपां इहनूं कित्थे रखिया? एट C2 C1। फोटो कित्थे बनदी जाके? C2 ते बनदी। किद्दां दी बनदी? सेम साइज की, सेम साइज की। तो आ उस तरह रियल ते इनवर्टिड उहो ही आई जाना। C1 ते F1 दे विचकार लैइए, इहनूं अगे अगे लई आउणा। फोटो कित्थे बननी जे? जे इन्हां दे विचकार रखांगे, C2 तो पिछे बननी ते वड्डी बननी। कित्थे रखिया आपां? बटवीन C1 एंड F1। ते फोटो कित्थे बनी? बिहाइंड C2। C2 तो पिछे बनी। किद्दां दी बनी? लार्ज साइज दी, फिर पुट्ठी बनदी, रियल ते इनवर्टिड। F1 ते रखिया, F1 ते रखिया, फोटो बननी जाके इनफिनिटी ते, ते काफ़ी वड्डी इनफिनिटी ते बनूगी। पंजवी केस की आ गया? एट F1। फोटो कित्थे बनी? इनफिनिटी ते। इनफिनिटी का सिंबल आ हुंदा जी, किद्दां दी बनी? हाईली लार्ज, एनलार्ज भी कह सकते हैं, हाईली एनलार्ज, रियल ते इनवर्टिड। जदों आपां F1 तो अगे आउने आ, इस जगह ते आउने, फोटो जिहड़ी आ उह इधर ही बनदी आण के, इस तरह आ फोटो बनी, आ छेवीं लोकेशन ते आ छेवीं फोटो बन गई। ठीक है, जदों आपां F1 ते O दे विचकार चल जाने ते फोटो जिहड़ी आ कित्थे बनदी आ? F1 तो बनदी आ पिछे। किद्दां दी बनी? वड्डे साइज की। तो ये फोटो सीधी, सीधी नूं कहना अरैक्ट। अरैक्ट ना केड़ी चीज़ आनी? वर्चुअल, वर्चुअल प्लस अरैक्ट। आ भी केस समझ लो, दो ही आ। जेकर तुसीं रखोगे इनफिनिटी ते, फस्ट लोकेशन इनफिनिटी ते, फोटो कित्थे बननी जे? F1 ते। इनफिनिटी ते रखिया ते फोटो कित्थे बनी? F1 ते। किद्दां दी बनी? पॉइंट साइज। ते नेचर केड़ा होगा इहदा? वर्चुअल प्लस इनवर्टिड, वर्चुअल प्लस अरैक्ट। वर्चुअल बी ते ई दा मतलब आ वर्चुअल प्लस अरैक्ट। ते जेकर तुसीं इहनूं रख दोगे इत्थे किते, ते फोटो इहदी इत्थे बनूगी छोटे साइज दी। नोट कर लो।